ਪੰਜਾਬ ਦੇ ਵਿੱਚ ਆਪਣੇ ਮਾਪਿਆਂ ਦੇ ਕੋਲ ਰਹਿੰਦਾ ਇਹ ਇਕਲੌਤਾ ਪੁੱਤ, ਜਦੋਂ ਇਸਨੇ ਇੱਛਾ ਜ਼ਾਹਿਰ ਕੀਤੀ ਕਿ ਵਿਦੇਸ਼ ਦੇ ਵਿੱਚ ਜਾਣਾ, ਤਾਂ ਉਸਦੀਆਂ ਸਾਰੀਆਂ ਤਿਆਰੀਆਂ ਕੀਤੀਆਂ ਗਈਆਂ ਅਤੇ ਅੱਜ ਤੋਂ ਕਰੀਬ 10 ਕੁ ਮਹੀਨੇ ਪਹਿਲਾਂ ਇਸ ਮੁੰਡੇ ਨੂੰ ਵਿਦੇਸ਼ ਭੇਜ ਦਿੱਤਾ ਗਿਆ ਸੀ। ਪਰ ਨਹੀਂ ਪਤਾ ਸੀ ਕਿ ਇਹਨਾਂ ਮਹੀਨਿਆਂ ਦੇ ਬੀਤਣ ਤੋਂ ਬਾਅਦ 1 ਸਾਲ ਤੋਂ ਪਹਿਲਾਂ ਹੀ ਮੁੰਡੇ ਦੀ ਵਿਦੇਸ਼ ਦੇ ਵਿੱਚ ਜਾਣ ਜਾਣੀ ਹੈ। ਗੱਡੀ ਦੇ ਵਿੱਚ ਸਵਾਰ ਹੋ ਕੇ ਆਪਣੇ ਦੋਸਤਾਂ ਦੇ ਨਾਲ ਉਹ ਜਾ ਰਿਹਾ ਸੀ ਕਿ ਰੋਂਗ ਸਾਈਡ ਤੋਂ ਆ ਕੇ ਕਿਸੇ ਨੇ ਇਹੋ ਜਿਹੀ ਟੱਕਰ ਮਾਰੀ ਕਿ ਇਸ ਹਾਦਸੇ ਦੇ ਵਿੱਚ ਗੱਡੀ ਦੇ ਵਿੱਚ ਬੈਠੇ 2 ਮੁੰਡਿਆਂ ਦੀ ਜਾਨ ਲੈ ਲਈ ਗਈ। ਕਿੰਨੇ ਔਖੇ ਹੋ ਕੇ ਮਾਪੇ ਆਪਣੇ ਬੱਚਿਆਂ ਨੂੰ ਆਪਣੇ ਤੋਂ ਦੂਰ ਭੇਜਦੇ ਨੇ, ਵਿਦੇਸ਼ਾਂ ਦੇ ਵਿੱਚ ਭੇਜਿਆ ਜਾਂਦਾ ਹੈ ਤਾਂ ਕਿ ਉਹਨਾਂ ਦਾ ਭਵਿੱਖ ਬਣ ਸਕੇ। ਪਰ ਨਹੀਂ ਪਤਾ ਹੁੰਦਾ ਕਿ ਭਵਿੱਖ ਤਾਂ ਕੀ, ਸਗੋਂ ਮਾਪਿਆਂ ਦਾ ਅੱਜ ਵੀ ਰੁਲ ਜਾਣਾ। ਮੋਗਾ ਜ਼ਿਲ੍ਹਾ ਦੇ ਪਿੰਡ ਕਾਨ ਸਿੰਘ ਦਾ ਰਹਿਣ ਵਾਲਾ 25 ਸਾਲ ਦਾ ਨੌਜਵਾਨ, ਜਿਸ ਦੀ ਜਾਨ ਕੈਨੇਡਾ ਵਿਖੇ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਕਾਰਾਂ ਦੀ ਟੱਕਰ ਹੋਈ ਸੀ, ਜਿਸ ਦੇ ਕਾਰਨ ਇਸ ਮੁੰਡੇ ਨੇ ਆਪਣੀ ਜਾਨ ਗਵਾ ਦਿੱਤੀ। 25 ਸਾਲ ਦਾ ਇਹ ਮੁੰਡਾ ਮਾਪਿਆਂ ਦਾ ਇਕਲੌਤਾ ਪੁੱਤ ਸੀ, ਜਿਸ ਦੀ ਜਾਨ ਜਾਣ ਤੋਂ ਬਾਅਦ ਪਰਿਵਾਰ ਬੇਹੱਦ ਦੁਖੀ ਹੈ। ਇਸ ਦਾ ਨਾਮ ਚਰਨਪ੍ਰੀਤ ਸੀ। ਦੱਸਦੀ ਹੈ ਕਿ ਪੜ੍ਹਾਈ ਕਰਨ ਦੇ ਲਈ ਉਹ ਕੈਨੇਡਾ ਗਿਆ ਸੀ, ਪਰ ਇਹੋ ਜਿਹੀ ਮਾੜੀ ਖਬਰ ਸਾਹਮਣੇ ਆਉਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਦਾ ਕਹਿਣਾ ਸੀ ਕਿ ਸਾਡੇ ਲਈ ਕਾਲਾ ਦਿਨ ਚੜ੍ਹਿਆ ਹੈ, ਕਿਉਂਕਿ ਉਹਨਾਂ ਦਾ ਪੁੱਤ ਇਸ ਦੁਨੀਆ ਤੋਂ ਚਲਾ ਗਿਆ। ਬੜੀ ਦੁਖੀ ਹਰ ਦੇ ਨਾਲ ਸਾਡੇ ਹੋਣਹਾਰ ਪੁੱਤਰ ਚਰਨਪ੍ਰੀਤ ਸਿੰਘ ਜੀ ਢਿੱਲੋਂ, ਜੋ 10 ਮਹੀਨੇ ਪਹਿਲਾਂ ਦੇਸ਼ ਦੀ ਧਰਤੀ ਕੈਨੇਡਾ 'ਤੇ ਪਹੁੰਚੇ। ਕੈਨੇਡਾ ਦੇ ਵੈਨਕੂਵਰ ਦਾ ਏਰੀਆ ਹਰੀ ਸ਼ਹਿਰ ਦੇ ਵਿੱਚ 10 ਮਹੀਨੇ ਤੋਂ ਰਹਿ ਰਹੇ ਸੀ। ਕੱਲ੍ਹ ਉਹਨਾਂ ਦਾ ਸੜਕ ਹਾਦਸੇ ਦੇ ਵਿੱਚ ਐਕਸੀਡੈਂਟ ਨਾਲ ਦੇਹਾਂਤ ਹੋ ਗਿਆ। ਬਹੁਤ ਹੀ ਦੁਖਦਾਈ ਅਤੇ ਦਰਦਨਾਕ ਘਟਨਾ ਵਾਪਰੀ ਹੈ। ਕਹਿ ਅਤੇ ਸਹਿ ਸੰਕਟ ਨਾ ਸਹਿਣ ਯੋਗ ਹੈ ਜੀ। ਇਹਨੂੰ ਬਾਈ ਜੀ 10 ਮਹੀਨੇ ਘਰੋਂ ਗਏ ਨੇ, 4 ਤਰੀਕ ਨੂੰ 10 ਮਹੀਨੇ ਹੋ ਜਾਣੇ ਜੀ, 4 ਜੁਲਾਈ 10 ਮਹੀਨੇ ਹੋਣੇ ਆ। ਅਤੇ ਘਰ ਬਾਰ ਸਾਰਾ ਬਾਹਰ ਛੱਡ ਕੇ ਪਹੁੰਚਿਆ ਸੀ। ਇੱਕੋ ਹੀ ਸੀ, ਇਕਲੌਤਾ ਪੁੱਤਰ ਸੀਗਾ ਮਾਪਿਆਂ ਦਾ, ਭਾਈ ਹਕਮ ਸਿੰਘ ਦਾ ਪੋਤਰਾ ਸੀ, ਸਾਡਾ ਵੀ ਪੋਤਰਾ ਲੱਗਦਾ, ਕੁਲਦੀਪ ਸਿੰਘ ਦਾ ਬੇਟਾ ਸੀ ਇਹ। ਅਸੀਂ ਵਿਦੇਸ਼ ਮੰਤਰੀ ਤੋਂ ਔਰ ਆਪਣੇ ਦਿੱਲੀ ਦੀ ਸੈਂਟਰ ਸਟਾਫ ਤੋਂ, ਵਿਦੇਸ਼ ਮੰਤਰੀ ਤੋਂ, ਕੈਨੇਡਾ ਦੇ ਵਿਦੇਸ਼ ਮੰਤਰੀ ਤੋਂ ਮੰਗ ਕਰਦੇ ਹਾਂ, ਔਰ ਪੰਜਾਬ ਸਟੇਟ ਗੌਰਮੈਂਟ ਤੋਂ ਵੀ ਅਸੀਂ ਮੰਗ ਕਰਦੇ ਹਾਂ ਕਿ ਸਾਡੇ ਉਸ ਹੋਣਹਾਰ ਬੇਟੇ ਦੀ ਜਿਹੜੀ ਹੈਗੀ ਹੈ ਡੈੱਡ ਬੋਡੀ, ਉਹ ਸਾਡੇ ਪੰਜਾਬ ਦੇ ਵਿੱਚ ਔਰ ਡਿਸਟ੍ਰਿਕਟ ਮੋਗਾ ਦੇ ਪਿੰਡ ਕਾਨ ਸਿੰਘ ਵਾਲਾ ਵਿਖੇ ਅਸੀਂ ਮੰਗ ਕਰਦੇ ਹਾਂ, ਪੁਰਜ਼ੋਰ ਮੰਗ ਕਰਦੇ ਹਾਂ ਕਿ ਡੈੱਡ ਬੋਡੀ ਜਿਹੜੀ ਹੈਗੀ ਉਹ ਛੇਤੀ ਤੋਂ ਛੇਤੀ ਉਪਰਾਲਾ ਕਰਕੇ ਸਾਡੇ ਕਾਨ ਸਿੰਘ ਵਾਲੇ ਪਿੰਡ ਪਹੁੰਚਾਈ ਜਾਵੇ।
ਕਿੰਨੇ ਜਣੇ? ਇਹ ਬਾਈ ਜੀ ਕੱਲ ਰਾਤ ਕਲੈਣੀ ਰਾਤ ਆ ਸਾਡੇ ਲਈ ਤਾਂ ਜਿਹੜੀ ਚੜ੍ਹੀ ਹੈ, ਅਤੇ ਸਾਡਾ ਨੌਜਵਾਨ ਪੁੱਤ ਜਿਹੜਾ ਹੋਇਆ ਗਿਆ ਇਸ ਦੁਨੀਆਂ ਤੋਂ ਚਲਿਆ ਗਿਆ। ਚਾਰ ਜਣੇ ਗੱਡੀ ਦੇ ਵਿੱਚ ਸੀਗੇ, ਜਾ ਰਹੇ ਸੀ ਆਪਦੀ ਸਾਈਡ, ਅਤੇ ਰੋਂਗ ਸਾਈਡ ਮੂਹਰੋਂ ਗੱਡੀ ਲਿਆ ਕੇ ਮਾਰੀ। ਉਹਦੇ ਵਿੱਚ ਦੋ ਜਣਿਆਂ ਦੀ, ਇੱਕ ਸਾਡਾ ਪੁੱਤ ਅਤੇ ਇੱਕ ਤਲਵੰਡੀ ਭਾਈ ਦਾ ਮੁੰਡਾ, ਉਹਨਾਂ ਦੋਨਾਂ ਦੀ ਥਾਂ 'ਤੇ ਮੌਤ ਹੋ ਗਈ। ਅਤੇ ਅੱਜ ਜੇ ਗੱਲ ਇਹ ਕਰੀਏ ਤਾਂ ਸਾਨੂੰ ਇਹ ਮੁਸੀਬਤ ਕਿਉਂ ਪੈ ਰਹੀ ਆ ਵਿਦੇਸ਼ਾਂ ਨੂੰ ਜਾਣ, ਇਹਦਾ ਕਾਰਨ ਕੀ? ਅਸੀਂ ਇਹ ਜੜ ਦੇ ਵਿੱਚ ਜਾ ਨਹੀਂ ਰਹੇ ਗੇ। ਤੰਗੀ ਜ਼ਮੀਨ ਜਾਇਦਾਦ, ਇਕਲੌਤਾ ਮਾਪਿਆਂ ਦਾ ਪੁੱਤ, ਜਿਹਨੇ ਜਿਹੜੇ ਦਾਦੇ ਦੇ ਅਤੇ ਜਿਹੜੇ ਪਿਓ ਦੇ ਮੋਢਿਆਂ 'ਤੇ ਨੌਜਵਾਨ ਪੁੱਤ ਦੀ ਆਰਤੀ ਉੱਠਣੀ ਹੈ, ਉਹਦੇ ਬਾਰੇ ਸਰਕਾਰ ਆ ਕੇ ਸਾਰ ਲੈ ਸਕਦੀ ਹੈ? ਸਰਕਾਰ ਦੱਸ ਸਕਦੀ ਹੈ ਕਿ ਅਸੀਂ ਵਿਦੇਸ਼ਾਂ ਨੂੰ ਇਹ ਨੌਜਵਾਨੀ ਪੀੜ੍ਹੀ ਹੈ ਜਿਹੜੀ ਸਾਡੀ ਕਿਉਂ ਕੂਚ ਕਰ ਰਹੀ ਹੈ? ਕਾਰਨ ਉਹਦਾ ਕੀ ਹੈ? ਕਾਰਨ ਵਿਦੇਸ਼ਾਂ ਨੂੰ ਜਾਣ ਦਾ, ਜਿਹੜੀਆਂ ਸਰਕਾਰਾਂ ਦੀਆਂ ਗੰਦੀਆਂ ਨੀਤੀਆਂ, ਜਿਹੜੀਆਂ ਸਰਕਾਰਾਂ ਇੱਥੇ ਸਾਡੇ ਨੌਜਵਾਨਾਂ 'ਤੇ ਬਿਨਾਂ ਗੱਲ ਤੋਂ ਪਰਚੇ ਪਾਉਂਦੀਆਂ, ਸਾਡੇ ਨੌਜਵਾਨਾਂ ਨੂੰ ਨਸ਼ੇ ਵੱਲ ਧਕੇਲ ਰਹੀਆਂ, ਸਾਡੇ ਨੌਜਵਾਨਾਂ ਨੂੰ ਨਾ ਰੁਜ਼ਗਾਰ ਮਿਲਣ ਦੇ ਕਾਰਨ ਸਾਡੀ ਨੌਜਵਾਨੀ ਹੈ ਜਿਹੜੀ ਵਿਦੇਸ਼ਾਂ ਨੂੰ ਕੂਚ ਕਰਦੀ ਆ। ਫਿਰ ਉੱਥੇ ਜਾ ਕੇ ਪਤਾ ਨਹੀਂ ਸਾਡੇ ਬੱਚੇ ਕਿਹੜੇ ਹਾਲਾਤਾਂ ਦੇ ਵਿੱਚ ਰਹਿ ਰਹੇ ਆ, ਕੀ ਉਹਨਾਂ ਦੇ ਨਾਲ ਉੱਥੇ ਹੋ ਰਿਹਾ, ਇੱਥੇ ਪਿੱਛੇ ਮਾਂ ਪਿਓ ਨੂੰ ਕੋਈ ਪਤਾ ਨਹੀਂ। ਅਤੇ ਜਿਹੜੀ ਇਹ ਘਟਨਾ ਹੋਈ ਆ, ਇਕਲੌਤਾ ਮਾਪਿਆਂ ਦਾ ਪੁੱਤ, ਨਾ ਕੋਈ ਭੈਣ ਨਾ ਕੋਈ ਭਰਾ, ਅਤੇ ਸਾਰੀ ਜ਼ਿੰਦਗੀ ਲਈ ਮਾਂ ਪਿਓ ਨੂੰ ਆ ਜਿਹੜਾ ਦਾਦੇ ਦਾਦੀ ਨੂੰ ਝੰਜੋੜ ਕੇ ਰੱਖਦੀ ਹੈ। ਤਾਂ ਸਿੰਘ ਵਾਲਾ ਪਿੰਡ ਦੇ ਵਿੱਚ ਨਹੀਂ, ਪੂਰੇ ਸਾਡਾ ਬਲਾਕ ਮੋਗਾ 2 ਦੇ ਵਿੱਚ ਅੱਜ ਸੋਗ ਦੀ ਲਹਿਰ ਚੱਲੀ ਜਾਂਦੀ ਹੈ। ਇਹੋ ਜਿਹਾ ਨਿੱਘਾ ਪਰਿਵਾਰ ਕਿ ਅੱਜ ਤੱਕ ਕਿਸੇ ਦੇ ਕੋਈ ਕਹਿ ਕੇ ਗੱਲ ਕਰਨ ਵਾਲਾ ਨਹੀਂ, ਇੰਨਾ ਸਾਰੇ ਇਹ ਸਾਡੇ ਜਵਾਈ ਆ, ਸਾਡਾ ਪ੍ਰਾਹੁਣਾ, ਅਤੇ ਸਾਡੇ ਭਾਂਜੇ ਦਾ ਜਿਹੜਾ ਬੇਟਾ ਸੀ ਜਿਹਦੀ ਅੱਜ ਡੈਥ ਹੋਈ ਆ। ਤੋ ਸਾਡੇ ਲਈ ਤਾਂ ਭਰਾਵਾ ਅੱਜ ਸਾਡਾ ਤਾਂ ਦੇਸ਼ ਆ ਜਿਹੜਾ ਸੁੰਨਾ ਹੋ ਗਿਆ, ਅਤੇ ਅਸੀਂ ਤਾਂ ਸਰਕਾਰ ਤੋਂ ਪੂਰੀ ਜ਼ੋਰ ਮੰਗ ਕਰਦੇ ਹਾਂ, ਅਸੀਂ ਕਿਰਤੀ ਕਿਸਾਨ ਯੂਨੀਅਨ ਵੱਲੋਂ ਮੰਗ ਕਰਦੇ ਹਾਂ ਕਿ ਜਲਦ ਤੋਂ ਜਲਦ ਸਾਡੇ ਪੁੱਤ ਦੀ ਇਹ ਡੈੱਡ ਬੋਡੀ ਆ ਜਿਹੜੀ ਪਿੰਡ ਕਾਂ ਸਿੰਘ ਵਾਲਾ ਦੇ ਵਿੱਚ ਪਹੁੰਚਾਈ ਜਾਵੇ, ਤਾਂ ਕਿ ਅਸੀਂ ਉਹਨੂੰ ਵੇਖ ਕੇ ਆਪਦੀਆਂ ਅੱਖਾਂ ਠੰਡੀਆਂ ਕਰ ਲਈਏ, ਕਿਉਂਕਿ ਸਾਰੀ ਜ਼ਿੰਦਗੀ ਦਾ ਜਿਹੜਾ ਵਿਛੋੜਾ ਉਹ ਦੇ ਗਿਆ, ਉਹ ਨਾ ਅਸੀਂ ਅੱਜ ਪੂਰਾ ਕਰ ਸਕਦੇ ਹਾਂ ਅਤੇ ਨਾ ਹੀ ਕਿਸੇ ਤੋਂ ਪੂਰਾ ਹੋਣਾ। ਇਸ ਕਰਕੇ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਜਲਦ ਤੋਂ ਜਲਦ ਜਿਹੜੀ ਸਾਡੇ ਪੁੱਤ ਦੀ ਡੈੱਡ ਬੋਡੀ ਹੈ ਸਾਨੂੰ ਪਿੰਡ ਦੇ ਵਿੱਚ ਪਹੁੰਚਾਈ ਜਾਵੇ। ਮੈਂ